ਤੇਜ਼ ਮੀਂਹ 'ਚ ਬੰਦੇ ਨੂੰ ਦਰੜ ਗਿਆ ਟਰੱਕ, ਕਰ ਦਿੱਤੇ ਦੋ ਟੋਟੇ। ਮੌਕੇ ਤੋਂ ਭੱਜਿਆ ਟਰੱਕ ਚਾਲਕ। ਤਾਂ ਦੱਸ ਦਿੱਤੇ ਇੱਕ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਬਾਈਕ 'ਤੇ ਜਾ ਰਹੇ ਸ਼ਖਸ ਨੂੰ ਟਰੱਕ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਕਈ ਮੀਟਰ ਤੱਕ ਉਸਨੂੰ ਘਸੀਟਦਾ ਹੋਇਆ ਲੈ ਜਾਂਦਾ ਹੈ ਅਤੇ ਸ਼ਖਸ ਦੇ ਦੋ ਟੋਟੇ ਕਰ ਦਿੰਦਾ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਹਾਦਸੇ ਤੋਂ ਬਾਅਦ ਟਰੱਕ 'ਚ ਬੈਠਾ ਚਾਲਕ ਆਪਣਾ ਵਾਹਨ ਛੱਡ ਕੇ ਫਰਾਰ ਹੋ ਜਾਂਦਾ। ਤਾਂ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਸ਼ਖਸ ਬਾਈਕ 'ਤੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਇਹ ਕਈ ਮੀਟਰ ਤੱਕ ਉਸਨੂੰ ਅੱਗੇ ਘਸੀਟਦਾ ਹੋਇਆ ਲੈ ਜਾਂਦਾ। ਤਾਂ ਇਸ ਕਰਕੇ ਇਸ ਸ਼ਖਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚਦੀ ਹੈ। ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਨਾਲ ਹੀ ਟਰੱਕ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਿਆ ਅਤੇ ਇਸ ਦੇ ਹੁਣ ਚਾਲਕ ਦੀ ਭਾਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ ਜਿੱਥੇ ਤੇਜ਼ ਮੀਂਹ ਪੈ ਰਿਹਾ ਸੀ ਤਾਂ ਇਸ ਦੌਰਾਨ ਇੱਕ ਟਰੱਕ ਦੇ ਵੱਲੋਂ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕਰਨਾਲ ਦੇ ਵਿੱਚ ਹੋਇਆ, ਜਿੱਥੇ ਕਿ ਬਾਈਕ ਸਵਾਰ ਮੀਂਹ ਦੇ ਵਿੱਚ ਜਦ ਬਾਹਰ ਜਾ ਰਿਹਾ ਸੀ ਤਾਂ ਟਰੱਕ ਦੇ ਵੱਲੋਂ ਟੱਕਰ ਮਾਰ ਕੇ ਉਸਦੀ ਜਾਨ ਲੈ ਲਈ ਗਈ। ਉਧਰ ਗਿਰ ਗਿਆ ਇਸਕੇ ਨੀਚੇ ਆ ਗਿਆ। ਕਾਫੀ ਦੂਰ ਤੱਕ ਸੀਟ ਤੇ ਗਏ ਡੰਪਰ ਵਾਲੇ, ਭਾਗ ਗਏ ਡੰਪਰ ਵਾਲੇ ਵੀ ਟਰੈਕਟਰ ਵਾਲੇ ਵੀ ਬਤਾ ਰਹੇ ਭਾਗ ਗਏ। ਤੇਜ਼ ਮੀਂਹ 'ਚ ਬੰਦੇ ਨੂੰ ਦਰੜ ਗਿਆ ਟਰੱਕ, ਕਰ ਦਿੱਤੇ ਦੋ ਟੋਟੇ। ਮੌਕੇ ਤੋਂ ਭੱਜਿਆ ਟਰੱਕ ਚਾਲਕ। ਤਾਂ ਦੱਸ ਦਿੱਤੇ ਇੱਕ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਬਾਈਕ 'ਤੇ ਜਾ ਰਹੇ ਸ਼ਖਸ ਨੂੰ ਟਰੱਕ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਕਈ ਮੀਟਰ ਤੱਕ ਉਸਨੂੰ ਘਸੀਟਦਾ ਹੋਇਆ ਲੈ ਜਾਂਦਾ ਹੈ ਅਤੇ ਸ਼ਖਸ ਦੇ ਦੋ ਟੋਟੇ ਕਰ ਦਿੰਦਾ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਹਾਦਸੇ ਤੋਂ ਬਾਅਦ ਟਰੱਕ 'ਚ ਬੈਠਾ ਚਾਲਕ ਆਪਣਾ ਵਾਹਨ ਛੱਡ ਕੇ ਫਰਾਰ ਹੋ ਜਾਂਦਾ। ਤਾਂ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਸ਼ਖਸ ਬਾਈਕ 'ਤੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਇਹ ਕਈ ਮੀਟਰ ਤੱਕ ਉਸਨੂੰ ਅੱਗੇ ਘਸੀਟਦਾ ਹੋਇਆ ਲੈ ਜਾਂਦਾ। ਤਾਂ ਇਸ ਕਰਕੇ ਇਸ ਸ਼ਖਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚਦੀ ਹੈ। ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਨਾਲ ਹੀ ਟਰੱਕ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਿਆ ਅਤੇ ਇਸ ਦੇ ਹੁਣ ਚਾਲਕ ਦੀ ਭਾਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ ਹੈ ਜਿੱਥੇ ਤੇਜ਼ ਮੀਂਹ ਪੈ ਰਿਹਾ ਸੀ ਤਾਂ ਇਸ ਦੌਰਾਨ ਇੱਕ ਟਰੱਕ ਦੇ ਵੱਲੋਂ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕਰਨਾਲ ਦੇ ਵਿੱਚ ਹੋਇਆ, ਜਿੱਥੇ ਕਿ ਬਾਈਕ ਸਵਾਰ ਮੀਂਹ ਦੇ ਵਿੱਚ ਜਦ ਬਾਹਰ ਜਾ ਰਿਹਾ ਸੀ ਤਾਂ ਟਰੱਕ ਦੇ ਵੱਲੋਂ ਟੱਕਰ ਮਾਰ ਕੇ ਉਸਦੀ ਜਾਨ ਲੈ ਲਈ ਗਈ। ਕਾਫੀ ਦੂਰ ਤੱਕ ਸੀਟ ਤੇ ਗਏ ਡੰਪਰ ਵਾਲੇ ਭਾਗ ਗਏ ਡੰਪਰ ਵਾਲੇ ਵੀ ਟਰੈਕਟਰ ਵਾਲੇ ਵੀ ਬਤਾ ਰਹੇ ਭਾਗ ਗਏ।